ਕੱਚੀ ਕੱਚੀ ਉਮਰ ਦੇ ਇਹ ਮੁੰਡੇ ਨੇ ਜਿਨ੍ਹਾਂ ਦੀ ਉਮਰ 18 ਤੋਂ 19 ਸਾਲ ਦੱਸੀ ਜਾ ਰਹੀ ਹੈ ਛੜਤੀ ਜਵਾਨੀ ਦੇ ਵਿੱਚ ਆਸ਼ਕੀ ਦਾਨ ਦੇ ਸਿਰ ਦੇ ਉੱਤੇ ਅਜਿਹਾ ਫੁੱਤ ਸਵਾਰ ਹੋਇਆ ਕਿ ਸੇਲੀ ਨੂੰ ਮੌਜ ਕਰਵਾਉਣ ਦੇ ਚੱਕਰ ਦੇ ਵਿੱਚ ਇਹ ਲੋਕ ਚੋਰ ਬਣ ਗਏ ਦਾਤਾ ਇਹਨਾਂ ਨੂੰ ਘਰਦਿਆਂ ਦਾ ਕੋਈ ਡਰ ਰਿਹਾ ਨਾ ਹੀ ਪੁਲਿਸ ਦਾ ਕੋਈ ਖੌਫ ਰਿਹਾ ਮਾਪਿਆਂ ਨੇ ਤਾਂ ਸੋਚਿਆ ਕਿ ਪੁੱਤ ਪੜ੍ਹ ਲਿਖ ਕੇ ਨਾ ਰੌਸ਼ਨ ਕਰਨਗੇ ਪਰ ਇਹਨਾਂ ਨੇ ਤਾਂ ਥਾਣੇ ਦੇ ਕਾਗਜ਼ਾਂ ਦੇ ਵਿੱਚ ਨਾ ਰੌਸ਼ਨ ਕਰ ਦਿੱਤਾ ਜੀ ਹਾਂ ਤਾਜ਼ਾ ਮਾਮਲਾ ਸਾਹਮਣੇ ਆਇਆ ਉੱਤਰ ਪ੍ਰਦੇਸ਼ ਦੇ ਆਜ਼ਮਗੜ ਤੋਂ ਜਿੱਥੇ ਪੁਲਿਸ ਨੇ ਤਿੰਨ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਪੁਚਕਿਸ਼ ਦੌਰਾਨ ਕੁਝ ਅਜਿਹੇ ਖੁਲਾਸੇ ਹੋਏ ਨੇ ਜਿਸ ਨੂੰ ਸੁਣ ਕੇ ਪੁਲਿਸ ਵੀ ਹੈਰਾਨ ਰਹਿ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਮੁਲਜ਼ਮ ਜਿਨ੍ਹਾਂ ਦੇ ਵੱਲੋਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਗਰਲਫ੍ਰੈਂਡ ਆਰੇ ਦਾ ਮੇਲਾ ਕਮਾਉਣ ਦੇ ਲਈ ਤੇ ਪੈਸੇ ਦਿਖਾਉਣ ਦੇ ਲਈ ਆਪਣੀ ਸਹੇਲੀਆਂ ਨੂੰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆਂ ਜ਼ਿਕਰਯੋਗ ਹੈ ਕਿ ਪੁਲਿਸ ਨੇ ਪਿਛਲੇ ਦਿਨੀ ਇਲਾਕੇ ਦੇ ਵਿੱਚ ਬਾਈਕ ਚੋਰੀ ਦੀਆਂ 6 ਵਾਰਦਾਤਾਂ ਦਾ ਖੁਲਾਸਾ ਕੀਤਾ ਹੈ ਮੂਲਜ਼ਮਾ ਦੇ ਕੋਲੋਂ ਚੋਰੀ ਦੇ 4 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਜਦਕਿ ਬਾਕੀ ਦੇ ਮੋਟਰਸਾਈਕਲ ਇਹਨਾਂ ਮੂਲਜ਼ਮਾ ਨੇ ਵੇਚ ਕੇ ਆਪਸ ਦੇ ਵਿੱਚ ਵੰਡ ਲਏ ਜ਼ਿਕਰਯੋਗ ਹੈ ਕਿ ਕੰਦਰਪੁਰ ਥਾਣਾ ਇੰਚਾਰਜ ਰੁਧਰਬਾਨ ਪਾਂਡੇ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਕਿਸ਼ੂਦਾਸਪੁਰ ਸਰਵਿਸ ਲੇਨ ਤੋਂ ਆ ਰਹੇ ਤਿੰਨ ਬਾਈਕ ਸਵਾਰ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਤਿੰਨੋਂ ਮੁਲਜ਼ਮ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਜਿਸ ਤੋਂ ਬਾਅਦ ਪੁਲਿਸ ਨੇ ਪਿੱਛਾ ਕਰਕੇ ਤਿੰਨਾਂ ਨੂੰ ਸਹਿਦਾਪੁਰ ਵਾਂਝਲ ਐਕਸਪ੍ਰੈਸਵੇਅ ਤੋਂ ਫੜ ਲਿਆ ਪੁਲਿਸ ਨੇ ਇਹਨਾਂ ਕੋਲੋਂ ਇੱਕ ਨਜਾਇਜ਼ ਹਥਿਆਰ ਅਤੇ 4.5 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਤੌਥੀ ਜਦੋਂ ਪੁਲਿਸ ਨੇ ਇਹਨਾਂ ਕੋਲੋਂ ਬਾਈਕ ਦੇ ਕਾਗਜ਼ਾਤ ਮੰਗੇ ਤਾਂ ਇਹਨਾਂ ਦੇ ਕੋਲ ਬਾਈਕ ਦੇ ਕਾਗਜ਼ਾਤ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਸਖਤੀ ਦਿਖਾਈ ਤੇ ਇਹਨਾਂ ਨੇ ਗੱਲ ਕਬੂਲੀ ਹੈ ਕਿ ਇਹ ਬਾਈਕ ਚੋਰੀ ਦੀ ਬਾਈਕ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਤੱਕ ਇਹਨਾਂ ਬੁਲਜ਼ਮਾ ਦੇ ਵੱਲੋਂ ਕਰੀਬ 6 ਬਾਈਕਾਂ ਨੂੰ ਚੋਰੀ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 2 ਮੋਟਰਸਾਈਕਲ ਇਹਨਾਂ ਦੇ ਵੱਲੋਂ ਵੇਚ ਦਿੱਤੇ ਗਏ ਜਿਨ੍ਹਾਂ ਦੇ ਪੈਸੇ ਇਹਨਾਂ ਨੇ ਆਪਸ ਦੇ ਵਿੱਚ ਵੰਡ ਲਏ ਤੇ ਪੁਲਿਸ ਨੇ ਹੁਣ 4 ਮੋਟਰਸਾਈਕਲ ਇਹਨਾਂ ਦੇ ਕੋਲੋਂ ਰਿਕਵਰ ਕੀਤੇ ਨੇ ਜੋ ਕਿ ਇਹਨਾਂ ਨੇ ਚੋਰੀ ਕੀਤੇ ਸੀ ਪੂਰੀ ਘਟਨਾ ਇਹ ਦੱਸੀ ਜਾ ਰਹੀ ਹੈ ਉੱਤਰ ਪ੍ਰਦੇਸ਼ ਦੇ ਆਜ਼ਮਗੜ ਆਸ਼ਕੀ ਦਾ ਭੂਤ ਇਹਨਾਂ ਲੋਕਾਂ ਦੇ ਉੱਤੇ ਅਜਿਹਾ ਸਵਾਰ ਹੋਇਆ ਕਿ ਆਪਣੀ ਸਹੇਲੀ ਨੂੰ ਪੈਸਾ ਦਿਖਾਉਣ ਦੇ ਲਈ ਉਸ ਨੂੰ ਮੌਜ ਕਰਵਾਉਣ ਦੇ ਲਈ 18-19 ਸਾਲ ਦੇ ਇਹ ਮੁੰਡੇ ਚੋਰ ਬਣ ਗਏ ਬਿਊਰੋ ਰਿਪੋਰਟ ਔਨ 에ਅਰ ਜਿहां ਤਾਜ਼ਾ ਮਾਮਲਾ ਸਾਹਮਣੇ ਆਇਆ ਉੱਤਰ ਪ੍ਰਦੇਸ਼ ਦੇ ਆਜ਼ਮਗੜ ਤੋਂ ਜਿੱਥੇ ਪੁਲਿਸ ਨੇ ਤਿੰਨ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਪੁਚਕਿਸ਼ ਦੌਰਾਨ ਕੁਝ ਅਜਿਹੇ ਖੁਲਾਸੇ ਹੋਏ ਨੇ ਜਿਸ ਨੂੰ ਸੁਣ ਕੇ ਪੁਲਿਸ ਵੀ ਹੈਰਾਨ ਰਹਿ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਮੁਲਜ਼ਮ ਜਿਨ੍ਹਾਂ ਦੇ ਵੱਲੋਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਗਰਲਫ੍ਰੈਂਡ ਨੂੰ ਦੁਸ਼ਹਿ ਕਮਾਉਣ ਦੇ ਲਈ ਤੇ ਪੈਸੇ ਦਿਖਾਉਣ ਦੇ ਲਈ ਆਪਣੀ ਸਹੇਲੀਆਂ ਨੂੰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆਂ ਜ਼ਿਕਰਯੋਗ ਹੈ ਕਿ ਪੁਲਿਸ ਨੇ ਪਿਛਲੇ ਦਿਨੀ ਇਲਾਕੇ ਦੇ ਵਿੱਚ ਬਾਈਕ ਚੋਰੀ ਦੀਆਂ 6 ਵਾਰਦਾਤਾਂ ਦਾ ਖੁਲਾਸਾ ਕੀਤਾ ਹੈ ਮੂਲਜ਼ਮਾ ਦੇ ਕੋਲੋਂ ਚੋਰੀ ਦੇ 4 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਜਦਕਿ ਬਾਕੀ ਦੇ ਮੋਟਰਸਾਈਕਲ ਇਹਨਾਂ ਮੂਲਜ਼ਮਾ ਨੇ ਵੇਚ ਕੇ ਆਪਸ ਦੇ ਵਿੱਚ ਵੰਡ ਲਏ ਜ਼ਿਕਰਯੋਗ ਹੈ ਕਿ ਕੰਦਰਪੁਰ ਥਾਣਾ ਇੰਚਾਰਜ ਰੁਧਰਬਾਨ ਪਾਂਡੇ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਕਿਸ਼ੂਦਾਸਪੁਰ ਸਰਵਿਸ ਲੇਨ ਤੋਂ ਆ ਰਹੇ ਤਿੰਨ ਬਾਈਕ ਸਵਾਰ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਤਿੰਨੋਂ ਮੁਲਜ਼ਮ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਜਿਸ ਤੋਂ ਬਾਅਦ ਪੁਲਿਸ ਨੇ ਪਿੱਛਾ ਕਰਕੇ ਤਿੰਨਾਂ ਨੂੰ ਸਹਿਦਾਪੁਰ ਵਾਂਝਲ ਐਕਸਪ੍ਰੈਸਵੇਅ ਤੋਂ ਫੜ ਲਿਆ ਪੁਲਿਸ ਨੇ ਇਹਨਾਂ ਕੋਲੋਂ ਇੱਕ ਨਜਾਇਜ਼ ਹਥਿਆਰ ਅਤੇ 4500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਕੌਤੀ ਜਦੋਂ ਪੁਲਿਸ ਨੇ ਇਹਨਾਂ ਕੋਲੋਂ ਬਾਈਕ ਦੇ ਕਾਗਜ਼ਾਤ ਮੰਗੇ ਤਾਂ ਇਹਨਾਂ ਦੇ ਕੋਲ ਬਾਈਕ ਦੇ ਕਾਗਜ਼ਾਤ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਸਖਤੀ ਦਿਖਾਈ ਤੇ ਇਹਨਾਂ ਨੇ ਗੱਲ ਕਬੂਲੀ ਹੈ ਕਿ ਇਹ ਬਾਈਕ ਚੋਰੀ ਦੀ ਬਾਈਕ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਤੱਕ ਇਹਨਾਂ ਬੁਲਜ਼ਮਾਂ ਦੇ ਵੱਲੋਂ ਕਰੀਬ 6 ਬਾਈਕਾਂ ਨੂੰ ਚੋਰੀ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਦੋ ਮੋਟਰਸਾਈਕਲ ਇਹਨਾਂ ਦੇ ਵੱਲੋਂ ਵੇਚ ਦਿੱਤੇ ਗਏ ਜਿਨ੍ਹਾਂ ਦੇ ਪੈਸੇ ਇਹਨਾਂ ਨੇ ਆਪਸ ਦੇ ਵਿੱਚ ਵੰਡ ਲਏ ਤੇ ਪੁਲਿਸ ਨੇ ਹੁਣ 4 ਮੋਟਰਸਾਈਕਲ ਇਹਨਾਂ ਦੇ ਕੋਲੋਂ ਰਿਕਵਰ ਕੀਤੇ ਨੇ ਜੋ ਕਿ ਇਹਨਾਂ ਨੇ ਚੋਰੀ ਕੀਤੇ ਸੀ ਪੂਰੀ ਘਟਨਾ ਇਹ ਦੱਸੀ ਜਾ ਰਹੀ ਹੈ ਉੱਤਰ ਪ੍ਰਦੇਸ਼ ਦੇ ਆਜ਼ਮਗੜ ਤੋਂ ਆਸ਼ਕੀ ਦਾ ਭੂਤ ਇਹਨਾਂ ਲੋਕਾਂ ਦੇ ਉੱਤੇ ਅਜਿਹਾ ਸਵਾਰ ਹੋਇਆ ਕਿ ਆਪਣੀ ਸਹੇਲੀ ਨੂੰ ਪੈਸਾ ਦਿਖਾਉਣ ਦੇ ਲਈ ਉਸ ਨੂੰ ਮੌਜ ਕਰਵਾਉਣ ਦੇ ਲਈ 18-19 ਸਾਲ ਦੇ ਇਹ ਮੁੰਡੇ ਚੋਰ ਬਣ ਗਏ ਬਿਊਰੋ ਰਿਪੋਰਟ ਔਨ ਏਅਰ